ਜੈਸਾਦੀ ਜੀ ਇਸ ਟਾਈਮ ਖੜੇ ਆ ਦ੍ਰੇਸੀ ਦੇ ਕੋਲ ਜਿੱਥੇ ਕਿ ਹੋਲਸੇਲ ਪਤੰਗਾਂ ਦੀਆਂ ਦੁਕਾਨਾਂ ਨੇ ਪੇਟੀਆਂ ਤੇ ਪੇਟੀਆਂ ਜਾਈ ਜਾਂਦੀਆਂ ਨਜ਼ਾਰੇ ਬੰਨੀ ਜਾਂਦੇ ਆ ਇਸ ਟਾਈਮ ਖੜੇ ਆ ਦ੍ਰੇਸੀ ਰੋਡ ਦੀ ਲੋਕੇਸ਼ਨ ਜਿਹੜੀ ਤੁਹਾਨੂੰ ਦੱਸਦੇ ਰਹਿੰਦੇ ਆ ਹਰ ਵਾਰ ਅਪਡੇਟ ਕਰਦੇ ਰਹਿੰਦੇ ਆ ਰੌਣਕਾਂ ਲੱਗ ਚੁੱਕੀਆਂ ਜੀ ਪਤੰਗਾਂ ਦੀਆਂ ਲੋਹੜੀ ਆ ਚੁੱਕੀ ਹੈ ਜੀ डोर लैनी है भाई नूं क्या होया वा वधिया धागे वाली ऐतकी धागे वाले नाल टडोणे आ प्लास्टिक दी डोर जमे बंद करती है हाय 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 क्या बात है तो धन्यवाद करता वीरा दा पतंगा ले जड़ी रौनक लग चुकी है जी रेसी रोड नूं जाणा इस टाइम जी रौनक लग चुकी है जी दरेसी ग्राउंड के नेड़े नवीन कार्ड शॉप देख सकते हो दुकान का नाम है जी नवीन कार्ड शॉप तो आप चलते हैं भाई उन्होंने को तो हर बार कुछ डिजाइन अलग होंगे पतंग भाई सत श्री अकाल जी हाँ जी भाई की हाल थोड़ा जी वधिया जी बढ़िया रौनक लगी है लोहड़ी दी रौनक लगी है रंग बंगा तैयार है रौनक लग तो इस बार की रेट पतंगा का वधिया के घटिया भाजी हाँ जी इस बार रेट पतंगा का वधिया के घटिया उदा ही ना वधिया ना घटिया जी कुछ नवे डिजाइन आए बच्चे नवे डिजाइन हाँ जी हाँ जी बहुत आए पतंग भी आ चुके ने जी ਸਟਾਰਟਿੰਗ ਭਾਜੀ ਕੀ ਰੇਟ ਹੈ ਸਿੱਧੂ ਮੂਸੇ ਵਾਲੇ ਇਹ ਪੈਂਦਾ ਹੀ ਹੋਲਸੇਲ 70 ਰੁਪਏ ਦਾ ਪੀਸ 70 ਰੁਪਏ ਦਾ ਜਾਨੀ ਕਿ ਇਹ ਕਿੰਨੇ ਪੀਸ ਲੈਣ ਤੇ 70 ਰੁਪਏ ਦਾ ਪਊਗਾ 1.5 ਪੀਸ ਲੈਣੇ 100 ਪੀਸ ਲਓਗੇ ਤਾਂ 70 ਪੈਣਾ ਜੇ ਲਓਗੇ 10-15 20 ਰੁਪਏ ਦਰਜਨ ਕੀ ਬਾਤ ਹੈ ਜੀ ਇਸ ਟਾਈਮ ਖੜੇ ਆਪਾਂ ਦ੍ਰੇਸੀ ਗਰਾਉਂਡ ਦੇ ਨੇੜੇ ਨਵੀਨ ਕਾਰਡ ਸ਼ਾਪ ਆ ਜੀ ਰੌਣਕਾਂ ਲੱਗ ਚੁੱਕੀਆਂ ਨੇ ਭਾਜੀ ਵੱਡੇ ਤੋਂ ਵੱਡਾ ਪਤੰਗ ਕਿਹੜਾ ਕਿੰਨੇ ਦਾ ਹੋਊਗਾ ਆਪਣੇ ਕੋਲ ਅਬ ਉਹ 6 ਦਾਵੇ ਦਾ ਪਤੰਗ ਰੱਖਿਆ ਵੱਡਾ ਕੀ ਬਾਤ ਦਿਖਾਓ ਫੇ ਕਿਹੜਾ ਤੋਹਫਾ ਤੁਹਾਡੇ ਕੋ ਆ ਰਿਹਾ ਜੀ 6 ਦਾ ਪਤੰਗਾਂ ਦੀਆਂ ਦੁਕਾਨਾਂ ਤੇ ਇਸ ਟਾਈਮ ਰੌਣਕ ਆ ਜੀ ਪੂਰੀ ਕਿਉਂਕਿ ਲੋਹੜੀ ਆ ਚੁੱਕੀ ਆ ਜੀ ਹੁਣ ਨਹੀਂ ਰੌਣਕ ਹੋਊਗੀ ਤਾਂ ਫੇਰ ਕਦੋਂ ਹੋਊਗੀ ਜੀ ਲਓ ਜੀ ਸਭ ਤੋਂ ਵੱਡਾ ਪਤੰਗ ਜਿਹੜਾ ਭਾਜੀ ਉਹਨਾਂ ਕੋ ਜੀ ਉਹ ਇਸ ਟਾਈਮ ਖੜੇ ਆ ਦ੍ਰੇਸੀ ਗਰਾਊਂਡ ਦੇ ਨੇੜੇ ਬਿਲਕੁਲ ਸਹੀ ਆ ਜੀ ਹੋਲਸੇਲ ਪਤੰਗਾਂ ਦੀਆਂ ਦੁਕਾਨਾਂ ਤੇ ਜਿਹੜੀਆਂ ਰੌਣਕਾਂ ਲੱਗ ਚੁੱਕੀਆਂ ਨੇ ਸਭ ਤੋਂ ਵੱਡਾ ਪਤੰਗ ਜਿਹੜਾ ਤੁਹਾਨੂੰ ਦਿਖਾਉਂਦੇ ਆ ਜੀ ਇਸ ਟਾਈਮ ਲੋਕੇਸ਼ਨ ਆ ਜੀ ਨਵੀਨ ਕਾਰਡ ਸ਼ਾਪ ਭਾਜੀ ਉਹਨਾਂ ਦੀ ਸ਼ਾਪ ਦਾ ਨੰਬਰ ਦਿੱਤਾ ਪਿਆ ਹੈ ਭਾਜੀ ਹੁਣ ਉਹਦਾ ਸ਼ਾਪ ਦਾ ਨਹੀਂ ਤੇ ਨੰਬਰ ਵੀ ਆਂਦਾ ਕੰਟੈਕਟ ਵੀ ਕਰ ਸਕਦੇ ਹੋ ਲਓ ਜੀ ਕੀ ਬਾਤ ਹੈ ਜੀ 2000 ਅੰਡ ਕੀਤੀ ਪਈ ਅੱਛਾ ਭਾਜੀ ਐਡਾ ਹੈਵੀ ਪਤੰਗ ਉੱਡ ਜਾਊਗਾ ਹਾਂਜੀ ਹਾਂਜੀ ਉੱਡੂਗਾ ਇਹਦੇ ਵਾਸਤੇ ਡੋਰ ਲੱਗ ਤਾਂ ਲੈਣੀ ਪੈਣੀ ਹੈ ਕਿ ਉਹੀ ਨਹੀਂ ਨਹੀਂ ਉਹੀ 12 ਤਾਰ 16 ਤਾਰ ਕੀ ਬਾਤ ਹੈ ਜੀ ਆ ਦੇਖੋ ਜੀ 2024 ਵਾਕਈ ਬਹੁਤ ਵੱਡਾ ਅੱਛਾ ਭਾਜੀ ਕਿੰਨੇ ਦਾ ਪਤੰਗ ਇਹ ਭਾਜੀ ਹੈ ਇਹ ਕਿੰਨੇ ਦਾ ਭਾਜੀ ਪਤੰਗ ਇਹ 250 ਰੁਪਏ ਪੀਸ ਹੈ ਜੀ 250 ਰੁਪਏ ਦਾ ਹਾਂਜੀ ਬਟਰ ਪੇਪਰ ਚਾਹੀਏ ਕੀ ਬਾਤ ਹੈ ਜੀ ਪੇਪਰ ਬਟਰ ਦਾ ਉੱਡ ਜਾਣ ਦੇਖੋ ਕਿੰਨਾ ਕਿੰਨਾ ਪਤੰਗ ਵਾਲਾ ਵੀ ਹੈਗਾ 150 ਰੁਪਏ ਵਾਲਾ ਵੀ ਹੈਗਾ 150 ਰੁਪਏ ਵਾਲਾ ਵੀ ਹੈਗਾ ਜੀ 250 ਵਾਲਾ ਵੀ ਹੈਗਾ ਸਟਾਰਟਿੰਗ ਭਾਜੀ ਹੁਣੇ ਕਹਿੰਦੇ 3 ਰੁਪਏ ਤੋਂ ਆ ਉਹ ਲੈ ਚੱਲਦੇ ਅਗਲੀ ਸ਼ਾਪ ਤੇ ਕੀ ਉੱਥੇ ਰੌਣਕਾਂ ਪਈਆਂ ਐਸ ਟਾਈਮ ਸਟਾਰਟਿੰਗ ਆ ਨਵੀਨ ਕਾਈਟ ਸ਼ਾਪ ਓਕੇ ਭਾਜੀ ਧੰਨਵਾਦ ਤੁਹਾਡਾ डोर ले ले 6 क्या बात है पतंग मिलता जी पतंग हो 300 भी वीर आया जी मुंडिया तो कहते 400-500 पतंग ला लिया दो रखड़िया ला लिया डोर दिया लोहड़ी ने सब तो पहला वीरे हमने एडवांस तो बुलाई देने जी मैं चढ़ती कला देवे वीर साढ़े बस मैं बेनती है सारे वीरों को करता कि चाइना की डोर ना करो नहीं नहीं बेरा देख ला भरावा दिखाओ भाजी एक बार दिखा दो देख ला चाचा चाचा मशहूर सीगा उरे यूट्यूब ते देखिया सी अच्छा जी इधर ते ओ नाम नु रखी बैठा कहंदा वी जे कोई बड्डू बड्डू भी वधिया डोर आ चाइना नु भी कट्टूगी
ਤਾਂ ਕਰਕੇ ਇੱਥੇ ਆਇਆ ਸਪੈਸ਼ਲ ਕੀ ਬਾਤ ਹੈ ਜੀ ਇਹ ਅੱਗੇ ਤਾਂ ਆਪਦੇ ਏਰੀਆ ਚੋਂ ਲੈ ਲਈਦਾ ਸੀ ਮੁੰਡੀ ਤੋਂ ਮੁੰਡੀਆਂ ਤੋਂ ਆਇਆ ਸਾਡੇ ਵੀਰ ਜੀ ਡਰੈਸ ਹਾਂ ਮੁੰਡੀਆਂ ਖੁਰਦ ਸਿਰ ਪਤੰਗਾਂ ਦਾ ਕੰਮ ਧੰਨਵਾਦ ਕਰਦਾ ਵੀਰ ਹੁਣਾਂ ਦਾ ਮੈਂ ਮਦੀਪ ਸਿੰਘ ਤੁਹਾਡੇ ਨਾਲ ਹੋਰ ਚੱਲਦੇ ਦੁਕਾਨਦਾਰ ਵੀਰਾਂ ਨਾਲ ਗੱਲ ਕਰਾਉਨੇ ਆ ਕਿ ਭਾਜੀ ਐਤ ਕੀ ਰੇਟ ਪਤੰਗਾਂ ਦੇ ਵਧੇ ਕਿ ਘਟੇ ਆ ਬਸ ਵੀਰੇ ਠੀਕ ਹੈ ਆ ਮਨੇ ਕਿੰਨੇ ਰੁਪਏ ਤੋਂ ਸਟਾਰਟ ਪਤੰਗ ਮਿਲਿਆ ਤੇ ਕਿੰਨੇ ਦਾ ਗ੍ਰੈਂਡ ਕੀਤਾ ਸੀ 10 ਰੁਪਏ ਦੇ ਉੱਤੇ 10 ਤੋਂ ਉੱਤੇ ਚੱਲਿਆ ਕੰਮ ਐਂਡ ਤਾਂ ਮੈਂ ਕਹਿੰਦਾ ਬਥੇਰਾ ਹੋ ਗਿਆ ਨਾ 3500 ਦੇ ਬਣੇ ਨੇ ਯਾਰ ਕੀ ਬਾਤ ਹੈ ਧੰਨਵਾਦ ਕਰਦਾ ਮੇਰੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਤੁਹਾਡਾ ਹੀ ਵਾਲਾ ਜੀ ਅੰਮ੍ਰਿਤਸਰ ਫੈਂਸੀ ਕਾਰਟਸ ਤੇ ਆ ਜਾਓ ਭਈ ਤੇ ਵਧੀਆ ਵਧੀਆ ਤੁਹਾਨੂੰ ਡੋਰ ਪਤੰਗ ਸਾਰਾ ਵਧੀਆ ਦੇ ਦਾਂਗੇ ਤੇ ਤੁਹਾਨੂੰ ਡਿਜ਼ਾਈਨਿੰਗ ਵੀ ਆ ਦੇਖੋ ਜੀ ਜਵਾਨ ਚੈੱਕ ਕਰੋ ਮੂਸੇ ਵਾਲਾ ਹੈਗਾ ਵਾ ਆਪਣੇ ਕੋਲ ਮੂਸੇ ਵੀ ਦੇ ਦਾਂਗੇ ਆ ਦੇਖੋ ਭਈ ਵਧੀਆ ਮੂਸੇ ਵਾਲਾ ਵੀ ਆ ਗਿਆ ਇਹਨਾਂ ਦੀ ਦੁਕਾਨ ਹੈਗੀ ਜੀ ਡ੍ਰੈਸਿੰਗ ਰੋਡ ਦੇ ਬਿਲਕੁਲ ਸਾਹਮਣੇ ਅੰਮ੍ਰਿਤਸਰੀ ਪਤੰਗ ਹਾਊਸ ਜਲਦੀ ਤੋਂ ਜਲਦੀ ਆਓ ਤੇ ਨਜ਼ਾਰੇ ਲੈ ਜਾਓ ਇਸ ਤੇ ਪਤੰਗ ਬਹੁਤ ਪਏ ਨੇ ਜੀ ਪਤੰਗ ਦੇਖੋ ਆ ਦੇਖੋ ਭਈ ਛੱਜ मार्केट मिलना नी कित भी आखो छज लगे हुए डिजाइन दिखाओ भाई ਪਤੰਗਾਂ ਦੀ ਜਿਹੜੀ ਇਸ ਟਾਈਮ ਵੈਰਾਈਟੀ ਬਹੁਤ ਕੀ ਹੈ ਇਹ ਕਿੰਨੇ ਰੁਪਏ ਦਾ ਪਊਗਾ 1 ਰੁਪਏ ਦਾ ਕਿ 2 ਰੁਪਏ ਦਾ ਇਹ 3.5 ਰੁਪਏ ਦਾ ਪਏਗਾ 3.5 ਰੁਪਏ ਦਾ ਪਤੰਗ ਬਣਾ ਜੀ ਆ ਵਾਲਾ 3.5 ਰੁਪਏ ਦਾ ਉਸ ਤੋਂ ਉੱਪਰ ਵੀ ਪਤੰਗ ਪਏ ਨੇ ਚੈੱਕ ਡਿਜ਼ਾਈਨ ਕਿਹੜੇ ਆਇਆ ਇਸ ਵਾਰ ਨਵੇਂ ਡਿਜ਼ਾਈਨ ਕਿਹੜੇ ਹੋਏ ਚੈੱਕ ਹੈਗਾ ਮੜਕਾ ਹੈਗਾ ਵਧੀਆ ਵਧੀਆ ਡਿਜ਼ਾਈਨ ਹੈਗੇ ਬਟਰ ਪੇਪਰ ਦੇ ਵਿੱਚ ਕੀ ਬਾਤ ਕਿਹੜਾ ਪੇਪਰ ਹੈ ਇਹ ਬਟਰ ਪੇਪਰ ਭਾਜੀ ਬਟਰ ਪੇਪਰ ਦੇ ਵਿੱਚ ਡਿਜ਼ਾਈਨ ਹੋਰ ਬੜੇ ਸੋਹਣੇ ਆਏ ਜੀ ਡਿਜ਼ਾਈਨ ਬੜੇ ਵਧੀਆ ਵਧੀਆ ਆਏ ਨੇ ਚੈੱਕ ਦੇ ਵਿੱਚ ਡੇਢ ਸੌ ਰੁਪਏ ਦਾ 2024 ਆ ਪਾਕਿਸਤਾਨ ਦੇ ਪਰਵੇ ਮਿਲ ਜੂਗੇ ਆਪਣੇ ਕੋਲ ਵਾਹ ਜੀ ਵਾਹ ਡਿਜ਼ਾਈਨ ਬਹੁਤ ਆਏ ਨੇ ਜੀ ਇਸ ਵਾਰ ਆ ਲੋ ਜੀ ਆ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਆ ਦੇਖੋ ਮਟਕੇ ਵੀ ਹੈਗੇ ਆ ਵਧੀਆ ਵਧੀਆ ਕੈਂਡ ਕੈਂਡ ਜੇ ਪੀਸ ਦਵਾਂਗੇ ਤਾਂ ਪੇਪਰ ਕਿਹੜਾ ਹੈ ਪੇਪਰ ਜੀ ਵਧੀਆ ਹੈਗਾ ਬਟਰ ਪੇਪਰ ਇੱਕਦਮ ਮੱਖਣ ਆ ਚੈੱਕ ਕਰੋ ਪੇਪਰ ਕੜਕ ਪੇਪਰ ਹੈਗਾ ਇੱਕਦਮ ਐਸਮ ਖੜੇ ਜੀ ਡਰੈਸਿੰਗ ਗਰਾਊਂਡ ਦੇ ਨੇੜੇ ਜਿਹੜੇ ਹੋਲਸੇਲ ਦੀਆਂ ਪਤੰਗਾਂ ਦੀ ਦੁਕਾਨਾਂ ਉੱਥੇ ਤੁਹਾਨੂੰ ਕਲੈਕਸ਼ਨ ਦਿਖਾਉਂਦੇ ਕਿਉਂਕਿ ਪਰਸੋਂ ਲੋਹੜੀ ਆ ਲੋਹੜੀ ਤੋਂ ਪਹਿਲਾਂ ਜਿਹੜੀ ਪਤੰਗਾਂ ਦੀ ਇਸ ਟਾਈਮ ਸ਼ਾਪਿੰਗ ਕੀਤੀ ਜਾ ਰਹੀ ਹੈ ਵੀਰਾਂ ਨੂੰ ਬਈ 150 ਰੁਪਏ ਦੇ 4 ਆ ਚੈੱਕ ਕਰੋ ਪਰੇ ਮਿਲ ਜੂਗਾ ਬਈ ਬਟਰ ਪੇਪਰ ਦੇ ਵਿੱਚ ਵਧੀਆ 20 ਰੁਪਏ ਪੀਸ ਜਾਨਕੇ ਸਟਾਰਟਿੰਗ 3 ਰੁਪਏ ਹੋ ਜਾਂਦੀ ਆ ਸਟਾਰਟਿੰਗ ਬਈ 3 ਰੁਪਏ ਤੇ ਹੋ ਜਾਂਦੀ ਆ ਆ ਦੇਖੋ ਬਟਰ ਪੇਪਰ ਹੈਗਾ ਵਧੀਆ ਡਿਜ਼ਾਈਨਿੰਗ ਸਸਤੇ ਰੇਟ ਲਾ ਦਾਂਗੇ ਤੁਹਾਨੂੰ ਕੋਈ ਨਹੀਂ ਆ ਜਿਓ ਦੁਕਾਨ ਤੇ ਸਸਤੇ ਲਾਵਾਂਗੇ ਤੇ ਇਹ ਤਾਂ ਹੋ ਗਿਆ ਜੀ ਪਤੰਗਾ ਹੁਣ ਆਪਾਂ ਗੱਲ ਕਰਦੇ ਹਾਂ ਡੋਰਾਂ ਦੀ ਗੱਟੂਆਂ ਦੀ ਗੱਲ ਕਰਦੇ ਆ ਜੀ ਗੱਟੂ ਵੀ ਬਹੁਤ ਪਏ ਨੇ ਭਾਈ ਕਿਸ ਰੇਟ ਤੋਂ ਸ਼ੁਰੂ ਹੋ ਜਾਂਦਾ ਗੱਟੂ ਆ ਜੋ ਭਾਈ ਚੈੱਕ ਕਰਕੇ ਲਓ ਗੱਟੂ ਆਪਣੇ ਕੋ 300 ਤੋਂ ਸਟਾਰਟਿੰਗ ਹੈਗੀ ਆ ਵਧੀਆ ਕਾਮਰ ਕੇ ਅੱਛਾ 300 ਰੁਪਏ ਦਾ ਗੱਟੂ ਇਹ ਤੇ ਕਿੰਨੀ ਹੁੰਦੀ ਡੋਰ ਇਹ ਤੇ 6 ਨਾੜੇ ਹੁੰਦੇ ਭਾਜੀ 300 ਰੁਪਏ ਦਾ ਆਹੋ ਐਡਾ ਸਸਤਾ ਉਹਦੇ ਘਾਟਾ ਦਾ ਵੀ ਪਈ ਜਾਂਦੇ ਕੋਈ ਨਹੀਂ ਸਸਤੇ ਹੀ ਵੇਚਦੇ ਪਿਆ ਰੋਟੀ ਡਿਜ਼ਾਈਨ ਬਹੁਤ ਪਏ ਨੇ ਗੱਟੂ ਹੈਗਾ ਸਿਰਫ 300 ਰੁਪਏ ਦਾ ਗੱਟੂ ਤੁਹਾਨੂੰ ਮਿਲ ਜਾਣਾ ਆ ਤੇ 6 ਨੜੇ ਹੁੰਦੇ ਵਿੱਚ ਆਹੋ ਬਾਜੀ 6 ਨੜੇ ਹੁੰਦੇ ਆ ਕੀ ਬਾਤ ਹੈ ਜੀ ਕੀ ਵੱਡੇ ਲੈਣੇ ਵੱਡੇ ਵੀ ਮਿਲ ਜੂਗੇ ਸਾਡੇ ਕੋਲ ਸਸਤੇ 800 ਇੱਕ ਨੜਾ ਜੀ ਇਹ 600 ਰੁਪਏ ਬਾਜੀ ਇਹ ਤੇ ਕਿੰਨੇ ਨੜੇ ਹੁੰਦੇ ਇਹ ਚੁੰਦੇ ਆ 16 12 ਨੜੇ ਓ ਵਾਹ ਜੀ ਵਾਹ ਕੀ ਬਾਤ ਹੈ ਐਸੇ ਕਿ ਜੀ ਡਰੈਸਿੰਗ ਗਰਾਊਂਡ ਦੇ ਕੋਲ ਸਾਡੇ ਵੀਰ ਜਿਹੜੇ ਆ ਬੜੀ ਖੁਸ਼ੀ ਨਾਲ ਮਾਹੌਲ ਬਣ ਚੁੱਕਿਆ ਜੀ ਇੱਥੇ ਰੰਗ ਬਰੰਗੇ ਪਤੰਗ ਆ ਚੁੱਕੇ ਨੇ ਅਲੱਗ-ਅਲੱਗ ਡਿਜ਼ਾਈਨ ਦੇ ਆ ਚੁੱਕੇ ਨੇ ਜੀ ਤੋ ਸਾਡੇ ਵੀਰ ਖੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਜੀ ਕੀ ਹਾਲ ਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਕੀ ਨਾਮ ਤੁਹਾਡਾ ਨਮਨ ਹੈ ਜੀ ਆ ਕਿਹੜੇ ਰੀਜੋ ਆਏ ਹੋ ਲਾਜਪਤ ਨਗਰ ਤੋਂ ਜੀ ਲਾਜਪਤ ਨਗਰ ਪਤੰਗ ਬਾਜੀ ਥੋੜੇ ਨਹੀਂ ਕਿ ਲੋੜੀ ਵਾਸਤੇ ਆ ਬਸ ਅੱਜ ਵਧਾਣ ਲਈ ਲਿੱਤੇ ਆ ਅੱਛਾ ਇਹ ਅੱਜ ਲਿੱਤੇ ਆ ਅੱਜ ਤੋਂ ਸਟਾਰਟ ਕਰਤੀ ਲੋੜੀ ਦੀ ਹਾਂ ਜੀ ਹਾਂ ਜੀ ਤੋ ਡੋਰ ਫਿਰ ਡੋਰ ਤਾਂ ਅੱਗੇ ਵਾਲੀ ਉਹੀ ਮੋਨੋਕਾਈਡ ਜਿਹੜੀ ਚੱਲਦੀ ਹੈ ਬਲੈਕ ਜੀ ਕੀ ਬਾਤ ਹੈ ਤੋ ਲੋੜੀ ਤੇ ਜਿਹੜੇ ਤਿਹਾਰ ਆ ਜੀ ਰੰਗ ਬਰੰਗੇ ਪਤੰਗ ਜਿਹੜੇ ਉੜਦੇ ਜਾ ਰਹੇ ਸਭ ਤੋਂ ਪਹਿਲਾਂ ਤਾਂ ਸਾਡੇ ਵੀਰ ਜਿਹੜੇ ਇਹਨਾਂ ਨੂੰ ਐਡਵਾਂਸ ਤੋਂ ਬਣਾਈ ਜਾਂਦੇ ਨੇ ਲੋੜੀ ਦੀਆਂ ਤੁਹਾਨੂੰ ਵੀ ਬਹੁਤ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰਾਂ ਦਾ ਜੀ ਤੋ ਪਤੰਗ ਡੋਣੇ ਫਿਰ ਨਿਆਰੇ ਪੂਰੇ ਲੁੱਟਣੇ ਹਨ ਪੂਰੇ ਕਸ਼ਟ ਮੈਂ ਜੀ ਦਰੇਸੀ ਗਰਾਊਂਡ ਦੇ ਕੋਲ ਜਿੱਥੇ ਕਿ ਹੋਲਸੇਲ ਦੀਆਂ ਪਤੰਗਾਂ ਦੀਆਂ ਦੁਕਾਨਾਂ ਨੇ ਸਾਡੇ ਵੀਰ ਬੜੀ ਦੂਰੋਂ ਦੂਰੋਂ ਆਉਂਦੇ ਆ ਜੀ ਪਿੰਡਾਂ ਤੋਂ ਸ਼ਹਿਰਾਂ ਤੋਂ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਪਤੰਗ ਲੈ ਕੇ ਜਾਂਦੇ ਨੇ ਡਿਜ਼ਾਈਨ ਬੜੇ ਪਿਆਰੇ ਮਿਲ ਜਾਣਗੇ ਜੀ ਸਾਈ ਇਸ ਵਾਰ ਬਿਲਕੁਲ ਨਵੇਂ ਨੇ ਡਿਜ਼ਾਈਨ ਬਿਲਕੁਲ ਨਵੇਂ ਨੇ ਰੰਗ ਬਿਲਕੁਲ ਨਵੇਂ ਨੇ ਦੇਖੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਪਤੰਗ ਹਰ ਕੋਈ ਵੀਰ ਆਪਣੇ ਆਪਣੇ ਘਰੇ ਲੈ ਕੇ ਜਾ ਰਿਹਾ ਕਿਉਂਕਿ ਲੋਹੜੀ ਦੀਆਂ
ਇਹ ਰੌਣਕਾਂ ਜਿਹੜੀਆਂ ਲੱਗ ਚੁੱਕੀਆਂ ਜੀ। ਬਟਰ ਪੇਪਰ ਛੋਟਾ ਜਿਹਾ ਤਾਂ ਖੜੇ ਹੈਗੇ ਜੀ, ਦਰਸੀ ਗਰਾਊਂਡ ਦੇ ਬਿਲਕੁਲ ਨੇੜੇ ਆ ਜੀ। ਪਤੰਗਾਂ ਨੇ ਜਿਹੜੀ ਹੋਲਸੇਲ ਦੁਕਾਨ ਆ ਤੋ ਬਹੁਤ ਹੀ ਇੱਥੇ ਰੌਣਕ ਮੇਲਾ ਲੱਗ ਚੁੱਕਾ। ਭਾਜੀ ਕੀ ਹਾਲ ਆ ਜੀ? ਠੀਕ ਆ, ਵਧੀਆ ਸਰ। ਕੀ ਬਾਤ ਹੈ ਜੀ, ਹਾਂ ਤਾਂ ਰੌਣਕ ਲੱਗੀ ਆਇਆ ਭਾਜੀ। ਜੀ 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 ਇਹ ਲੋਹੜੀ ਦੇ ਤਿਉਹਾਰ ਦੇ ਭਾਜੀ ਪਤੰਗਾਂ ਦੇ ਜਿਹੜੇ ਆ ਹਰੇਕ ਨੂੰ ਚਾਹ ਹੁੰਦਾ ਆ। ਜੀ ਹੁੰਦਾ ਜੀ। ਤੇ ਕਈ ਕਹਿੰਦੇ ਯਾਰ ਹੁਣ ਸਿਆਣੇ ਹੋ ਗਏ ਹੁਣ ਕੀ ਡੋਣੇ ਪਤੰਗ? ਨਹੀਂ ਨਹੀਂ, ਜਦੋਂ ਦੀ ਚਾਈਨਾ ਡੋਰ ਸੀ ਨਾ ਆਪਾਂ ਪਤੰਗ ਉਡਾਣੇ ਬੰਦ ਕਰਤੇ ਸੀ। ਅੱਛਾ ਜੀ। ਸਰਕਾਰ ਨੇ ਬਹੁਤ ਵਧੀਆ ਨਿਰਣੇ ਲਿੱਤਾ, ਪੰਜਾਬ ਸਰਕਾਰ ਨੇ, ਸਾਡੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੇ, ਚਾਲ ਸਾਹਿਬ ਦਾ ਜਿਹੜਾ ਨਿਰਣੇ ਹੈ ਇਹਦੇ ਨਾਲ ਦਿਲ ਨੂੰ ਬਹੁਤ ਖੁਸ਼ੀ ਹੈ। ਆਹ ਦੇਖੋ ਜੀ, ਮੈਂ ਹੁਣ ਚਰਖੜੀ ਇੱਕ, ਓ ਵਾਹ, ਦੋ, ਕੀ ਬਾਤ ਹੈ ਜੀ। ਆਹ ਦੇਖ ਲਓ ਸਮਾਨ ਕਿੰਨਾ ਲੈ ਲਿਆ, ਪਤੰਗ ਲੈ ਗਏ ਸੀ ਆਪਾਂ ਪਹਿਲਾਂ ਦੀ ਤਿਆਰੀਆਂ। ਹਾਂਜੀ ਹਾਂਜੀ ਹਾਂਜੀ, ਇਹ ਧਾਗੇ ਦੀ ਡੋਰ ਨਾਲ ਪਤੰਗ ਉਡਾ। ਚਲੋ ਕੀ ਬਾਤ। ਅੱਛਾ, ਤਿੰਨ ਗੱਟੂ ਲਿੱਤੇ ਭਾਈ ਤੁਸੀਂ? ਤਿੰਨ ਨਹੀਂ, ਚਾਰ ਚਾਰ ਜੀ, ਚਾਰ 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 ਗੱਟੂ ਲਿੱਤੇ ਧਾਗੇ ਧਾਗੇ ਦੇ ਲਿੱਤੇ ਹਨ। ਧਾਗੇ ਦੀ ਡੋਰ ਹੈ ਜੀ ਇਹ, ਯਾਨੀ ਕਿ ਬਹੁਤ ਵਧੀਆ ਡੋਰ ਆ। ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰਤੀਆਂ। ਹਾਂਜੀ 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 ਹਾਂਜੀ। ਤੇ ਪਤੰਗ ਭਾਜੀ ਫਿਰ? ਪਤੰਗ ਬਾਈ ਭਾਈ ਲੋਹੜੀ ਵਾਲੇ ਦਿਨ ਕਰਾਂਗੇ ਜੀ ਪੂਰੀ। ਛੱਡਤੀ ਸੀ 4-5 ਸਾਲ ਤੋਂ, ਜਦੋਂ ਚਾਈਨਾ ਡੋਰ ਦਾ ਕਰੇ ਸੀ ਨਾ ਪਤੰਗ ਬਾਈ ਬਿਲਕੁਲ ਬੰਦ ਕਰਤੀ ਸੀ। ਉਹਦੇ ਨਾਲ ਇੱਕ ਤਾਂ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਜੀ, ਨੁਕਸਾਨ ਹੁੰਦਾ ਜੀ, ਜਾਨ ਮਾਲ ਦਾ ਨੁਕਸਾਨ ਹੁੰਦਾ ਜੀ। ਤਿਉਹਾਰ ਆ, ਖੁਸ਼ੀਆਂ ਨਾਲ ਮਨਾਉਣ ਵਾਲਾ, ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਨੁਕਸਾਨ ਨਹੀਂ ਕਰਨਾ। ਇਹ ਬਹੁਤ ਵਧੀਆ ਹੁਣ ਪਹਿਲਾਂ ਨਾਲ ਵਧਿਆ ਕਿ ਘਟੇ ਆ ਕਿਦਾਂ ਭਾਈ? ਰੇਟ ਤਾਂ ਮਹਿੰਗਾਈ ਦੇ ਹਿਸਾਬ ਨਾਲ ਚੱਲਣਾ ਹੀ ਆ ਜੀ ਇਹ ਤਾਂ। ਅੱਛਾ, ਜੋ ਰੂਲ ਆ ਮਹਿੰਗਾਈ ਵਧਣੀ ਵੀ ਆ ਘਟਣੀ ਵੀ। ਕਿੰਨੇ ਦਾ ਮਿਲਿਆ ਇਹ? ਮਿਲ ਗਿਆ ਜੀ ਆਪਾਂ ਨੂੰ 400 ਦਾ ਜੀ। 400 ਦਾ ਜੀ, 300 ਦਾ, 400 ਦਾ ਨਾਰਮਲ। ਬਿਲਕੁਲ ਵਧੀਆ ਜੀ, ਵਧੀਆ ਡੋਰ ਆ ਧਾਗੇ ਵਾਲੀ ਜੀ। ਅੱਛਾ ਜੀ, ਪਹਿਲਾਂ ਵੀ ਉਡਾਏ ਪਤੰਗ ਇਹਨਾਂ, ਬਹੁਤ ਵਧੀਆ ਇਹਦਾ ਰਿਜ਼ਲਟ ਹੈ ਜੀ। ਤਾਂ ਹੀ ਦੁਬਾਰਾ ਧੰਨਵਾਦ ਕਰਦਾ ਆ। ਹਾਂਜੀ, ਕੀ ਲੋਹੜੀ ਵਾਲੇ ਦਿਨ ਫਿਰ ਵੀ ਅਸੀਂ ਵੀਰਾਂ ਨੂੰ ਇਹੀ ਕਹਿੰਦੇ ਆ ਕਿ ਬੱਚੇ ਜਿਹੜੇ ਆ ਉਹਨਾਂ ਦੇ ਧਿਆਨ ਨਾਲ, ਉਸ ਨਾਲ ਕਈ ਵਾਰ ਬੱਚੇ ਟੱਪਦੇ ਹੁੰਦੇ, ਉਹਨਾਂ ਦਾ ਧਿਆਨ ਵੀ ਰੱਖਣਾ, ਨਾਲ ਨਾਲ ਆਪਣਾ ਧਿਆਨ ਵੀ ਰੱਖਣਾ। ਹਾਂਜੀ ਹਾਂਜੀ, ਲੋਹੜੀ ਦੇ ਉੱਤੇ ਸਾਰੇ ਵੀਰਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਐਡਵਾਂਸ ਤੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਲੋਹੜੀ ਦੀਆਂ ਬਹੁਤ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਮੁਬਾਰਕਾਂ। ਓਕੇ, ਦੇਖ ਸਕਦੇ ਹੋ ਤੁਸੀਂ ਪਤੰਗ ਜਿਹੜੇ ਆ ਵੱਡੇ ਵੱਡੇ ਪਤੰਗ ਨੇ ਜਿਹੜੇ ਕਿ ਛੋਟੇ ਬੈਟਰੀ ਵਾਲੇ ਆਟੋ ਤੋਂ ਲਾ ਕੇ ਥੱਲੇ ਰੱਖੇ ਜਾਂਦੇ ਨੇ ਜੀ, ਬਹੁਤ ਵੱਡੇ ਵੱਡੇ ਪਤੰਗ ਨੇ। ਤੋ ਰਹਿ ਗਏ ਜੀ ਦੋ ਦਿਨ, ਗਿਣਤੀ ਦੇ ਦੋ ਦਿਨ ਰਹਿ ਗਏ, ਉਸ ਤੋਂ ਬਾਅਦ ਮੇਲੇ ਖਤਮ ਹੋ ਜਾਣੇ ਆ। ਤੋ ਜਲਦੀ ਤੋਂ ਜਲਦੀ ਦੇਰ ਨਹੀਂ ਕਰਨੀ ਕਿਉਂਕਿ ਅੱਜ ਤਾਂ ਧੁੱਪ ਵੀ ਨਿਕਲਿਆ ਜੀ, ਮੌਸਮ ਸਾਫ਼ ਹੋ ਚੁੱਕਿਆ ਜੀ। ਤੋ ਆਸਮਾਨ ਦੇ ਉੱਤੇ ਪਤੰਗ ਕਰ ਦੇਣੇ ਆ ਤੁਸੀਂ ਲੋਹੜੀ ਵਾਲੇ ਦਿਨ ਤੋਂ। ਤੁਹਾਡੀ ਸੇਵਾ ਵਿੱਚ ਬੈਠੇ ਆ ਵੀਰ, ਦਰੇਸੀ ਗਰਾਊਂਡ ਦੇ ਨੇੜੇ ਬਿਲਕੁਲ ਤੁਹਾਡੀ ਸੇਵਾ ਵਿੱਚ ਬੈਠੇ ਆ ਜੀ। ਹੋਲਸੇਲ ਰੇਟ ਪਤੰਗਾਂ ਦੇ ਉੱਤੇ ਜਿਹੜਾ ਕਿ 3-4 ਵਜੇ ਪਤੰਗ ਸ਼ੁਰੂ ਹੋ ਜਾਣਾ, ਰੌਣਕ ਜਿਹੜੀ ਲੱਗ ਚੁੱਕੀ ਹੈ ਜੀ। ਵੱਡੇ ਵੱਡੇ ਪਤੰਗ ਜਿਹੜੇ ਬੈਟਰੀ ਵਾਲੇ ਆਟੋ ਤੋਂ ਲਾਹ ਕੇ ਥੱਲੇ ਰੱਖੇ ਜਾ ਰਹੇ ਨੇ, ਉਹ ਆ ਜੀ ਰੌਣਕ ਆ। ਆਹ
ਆ ਰਹੇ ਵਿੱਚ।